ਪਿੰਡੂ ਪੁਨਰ ਨਿਯਮ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੈਨੇਡਾ ਦੇ ਵਿੱਚ ਮੈਨੂੰ ਆਏ ਨੂੰ 6 ਸਾਲ ਹੋ ਗਏ ਜਦੋਂ ਮੈਂ ਇੰਡੀਆ ਦੇ ਵਿੱਚ ਕਿਤਾਬਾਂ ਪੜ੍ਹਦਾ ਸੀ ਨਰਿੰਦਰ ਕਪੂਰ ਜਾਂ ਹੋਰ ਮੈਂ ਅਕਸਰ ਮੇਰੇ ਮਨ 'ਚ ਹੁੰਦਾ ਸੀ ਯਾਰ ਮੈਂ ਵੀ ਕੋਈ ਕਿਤਾਬ ਲਿਖਾਂ ਤੇ ਉਹ ਚੀਜ਼ ਲਈ ਮੈਂ ਕਿਤਾਬ ਆਪਣੀ ਲਿਖੀ ਵੀ ਪਰ ਸ਼ਾਇਦ ਮੈਂ ਆਪਣੀ ਕਿਤਾਬ ਲਿਖਣ ਤੋਂ ਬਾਅਦ ਮਹਿਸੂਸ ਕੀਤਾ ਕਿ ਮੈਂ ਉਹ ਕੰਮ ਨਹੀਂ ਕਰ ਸਕਿਆ ਜੋ ਮੈਂ ਚਾਹੁੰਦਾ ਸੀ ਕਿਉਂਕਿ ਕਿਤਾਬ ਲਿਖਣੀ ਕੋਈ ਸੌਖੀ ਜੀ ਗੱਲ ਤਾਂ ਹੈ ਨਹੀਂ ਬੰਦੇ ਨੂੰ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪਹਿਲਾਂ ਤਾਂ ਇਹ ਹੀ ਨਹੀਂ ਪਤਲਾਦਾ ਕਿ ਕਿਤਾਬ ਲਿਖਾਉ ਪਰ ਐਜੇ ਜਿੱਦਾਂ ਐਜੇ ਸਟੂਡੈਂਟ ਮੈਂ ਦੇਖਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਗੱਲ ਬੜੀ ਆਉਂਦੀ ਸੀ ਕਿ ਕੋਈ ਅੰਤਰਰਾਸ਼ਟਰੀ ਸਟੂਡੈਂਟ ਆਊ ਤੇ ਉਹ ਕੋਈ ਨਰਿੰਦਰ ਕਪੂਰ ਵਰਗੀਆਂ ਲਿਖਤਾਂ ਜਾਂ ਕੋਈ ਓਦਾਂ ਦੀ ਬੇਸ਼ੱਕ ਬੰਦਾ ਉਸ ਰਾਹ ਤੇ ਚੱਲੇ ਹਨ ਆਪਾਂ ਇਹਨੇ ਲੇਖਕ ਪੜ੍ਹਦੇ ਆਂ ਅੱਜਕੱਲ ਕਰੇਜ ਰੀਲਾਂ ਦਾ ਰੀਲਾਂ ਤੋਂ ਕਿਤਾਬਾਂ ਤੇ ਲੈ ਕੇ ਆਉਣਾ ਪਹਿਲੀ ਗੱਲ ਤਾਂ ਇਹ ਸਭ ਤੋਂ ਔਖੀ ਗੱਲ ਆ ਕੌਣ ਕਿਤਾਬ ਪੜ੍ਹੇ ਕਿਹੜਾ ਲਾਵੇ ਇੰਨਾ ਟਾਈਮ ਹਫਤਾ ਹਫਤਾ ਰੀਲ ਦੇਖਣੀ ਹੈ ਟਿਕਟੌਕ ਦੇ ਯੁੱਗ ਦੇ ਵਿੱਚ ਕਿਤਾਬਾਂ ਨਾਲ ਪ੍ਰੇਮ ਬਹੁਤ ਔਖਾ ਮੇਰੀ ਕਿਤਾਬ ਮੈਂ ਬਟਾਂ ਤੋਂ ਬਲੈਤ ਲਿਖੀ ਸੀ ਉਹ ਕਿਤਾਬ ਨੂੰ ਪੜਨ ਵਾਲੇ 80% ਉਹ ਸੀਗੇ ਜਿਨ੍ਹਾਂ ਨੇ ਕਦੇ ਕਿਤਾਬ ਨਹੀਂ ਪੜੀ ਸੀ ਸੋ ਮੈਂ ਚਾਹੁੰਦਾ ਸੀ ਕਿਤਨੇ ਕਿਤੇ ਕਿਤਾਬਾਂ ਲਿਹਾਉਣ ਲਈ ਆਪਾਂ ਨੂੰ ਖੁਦ ਨੂੰ ਹੀ ਹੰਬਲਾ ਮਾਰਨਾ ਪੈਣਾ ਅੱਜ ਜਿਹੜੀ ਮੇਰੇ ਹੱਥ ਚ ਕਿਤਾਬ ਹੈ ਵੀਰ ਨੇ ਲਿਖੀ ਆ ਅਮਰਿੰਦਰ ਮਾਨ ਮੁੰਡੇ ਦਾ ਨਾਮ ਆ ਸਟੂਡੈਂਟ ਕੈਨੇਡਾ ਚ ਪੁੱਛਾਂਗੇ ਬਾਈ ਨੂੰ ਕਿਦਾਂ ਇਹ ਆਈਡੀਆ ਹੈ ਕਿਉਂਕਿ ਇਹ ਕੋਈ ਕਵਿਤਾ ਟਾਈਪ ਨਹੀਂ ਇਹ ਜਿੱਦਾਂ ਆਪਾਂ ਪੜਦੇ ਆ ਵਨ ਲੇਖ ਇਹਨੂੰ ਸਟੇਟਸ ਵੀ ਲਾ ਸਕਦੇ ਆ WhatsApp ਤੇ ਇਸ ਨੂੰ ਤੁਸੀਂ ਜਿੱਥੋਂ ਪੜ੍ਹ ਕੇ ਉੱਥੇ ਰੱਖ ਸਕਦੇ ਹਾਂ ਜਿਹੜੇ ਕਿਤਾਬ ਪ੍ਰੇਮੀ ਨੇ ਉਹ ਇਹ ਕਿਤਾਬ ਜ਼ਰੂਰ ਪੜਨ ਦਾਰਵਾਰ ਆਪਾਂ ਮੋਰਿੰਦਰ ਬਾਈ ਨੂੰ ਪੁੱਛਦੇ ਹਾਂ ਕਿ ਕਿਵੇਂ ਉਹਨਾਂ ਦੇ ਮਨ 'ਚ ਇਹ ਖਿਆਲ ਆਇਆ ਕਦੋਂ ਸਟੂਡੈਂਟ ਆਏ ਸੀ ਸਟੂਡੈਂਟ ਨਾਲ ਟਾਈਮ ਦੇ ਨਾਲ ਸਟੱਡੀ ਦੇ ਨਾਲ ਕਿਤਾਬ ਲਿਖਣੀ ਤਾਂ ਕਿ ਜਿਹੜੇ ਮੇਰੇ ਬਹੁਤ ਭੈਣਾਂ ਨੇ ਬਹੁਤ ਵੀਰ ਨੇ ਕੋਈ ਗਾਣੇ ਕੋਈ ਕਵਿਤਾ ਕੋਈ ਨਾਵਲ ਕਹਾਣੀਆਂ ਲਿਖਣਾ ਚਾਹੁੰਦੇ ਨੇ ਕਿਵੇਂ ਕਿਤਾਬ ਦੀ ਛਪਾਈ ਹੁੰਦੀ ਜਾਂ ਕਿੰਨੇ ਕੁ ਪੈਸੇ ਲੱਗ ਜਾਂਦੇ ਆ ਤੇ ਕੀ ਰਿਸਪੌਂਸ ਆ ਤੇ ਮਨ ਚ ਕੀ ਆਉਂਦਾ ਜਦੋਂ ਕਿ ਕਿਤਾਬ ਵਾਲਾ ਪੁੱਛਦਾ ਬਾਈ ਵੀ ਤਰੀ ਕਿਤਾਬ ਪੜ੍ਹੀ ਸੀ ਕੀ ਮਤਲਬ ਕਲਮ ਲਾ ਕੇ ਇੰਟਰਵਿਊ ਦਾ ਕਰਨ ਦਾ ਹੀ ਆ ਵੀ ਬੰਦਿਆ ਕੀ ਮਨ ਚ ਸੋਚ ਕੇ ਕਿਤਾਬ ਲਿਖੀ ਉਸ ਬਾਈ ਨੇ ਤੇ ਪਹਿਲਾ ਬਾਈ ਨੂੰ ਬੁਲਾਉਨੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਤੇ ਜੇ ਤੁਸੀਂ ਕਿਤਾਬ ਪ੍ਰੇਮੀ ਹੋ ਬ੍ਰੈਮਟਨ ਦੇ ਵਿੱਚ ਤੁਸੀਂ ਮਿੱਥੋ ਕਿਤਾਬ ਲੈ ਸਕਦੇ ਹੋ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਨਹੀਂ ਬਾਈ ਦੀ ਇੰਸਟਾਗ੍ਰam ਆਈਡੀ ਦੇਉਂਗਾ ਜੇ ਤੁਸੀਂ ਕਿੰਗਸਟਨ ਰਹਿੰਦਾ ਬਾਈ ਜੇ ਉਸ ਏਰੀਆ ਵਾਲੇ ਪਾਸੇ ਤੁਸੀਂ ਹੈਗੇ ਹੋ ਜਾਂ ਪੰਜਾਬ ਤੋਂ ਕਿੱਥੋਂ ਕਿਤਾਬ ਲੈ ਸਕਦੇ ਹੋ ਉਹ ਮੈਂ ਨੰਬਰ ਡਿਸਕ੍ਰਿਪਸ਼ਨ ਚ ਪਾ ਦਣਾ ਸਭ ਤੋਂ ਪਹਿਲਾਂ ਬਾਈ ਨੂੰ ਬੁਲਾਉਨੇ ਆਪਾਂ ਆਪਣੇ ਨਾਲ ਬੈਠਾ ਮਰਿੰਦਰ ਬਾਈ ਇੰਡੀਆ ਤੋਂ ਕੈਨੇਡਾ ਕਦੋਂ ਆਇਆ ਤੇ ਇੱਥੇ ਆ ਕੇ ਕਿਵੇਂ ਦਾ ਸਫਰ ਰਿਹਾ ਹੈ ਬਾਈ ਨੂੰ ਸਾਰਾ ਪੁੱਛਦਾ ਤੇ ਦਰਬਾਰ ਹੀ ਨਾ ਕਿਉਂ ਰੱਖਿਆ ਗਿਆ ਕਿਉਂਕਿ ਬਹੁਤ ਚੀਜ਼ਾਂ ਪਿੱਛੋਂ ਤੋਂ ਚਲਦੀਆਂ ਆਉਂਦੀਆਂ ਹੁੰਦੀਆਂ ਨੇ ਫਿਰ ਬਾਈ ਨੂੰ ਸਾਰੀਆਂ ਪੁੱਛਾਂਗੇ ਆਪਾਂ ਸੋ ਬਾਈ ਸਭ ਤੋਂ ਪਹਿਲਾਂ ਤਾਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਈ ਤੁਹਾਡਾ ਵੀ ਤੇ ਮੈਂ ਪੁੱਛਦਾ ਅਮਰਿੰਦਰ ਵੀਰੇ ਤੁਸੀਂ ਇੰਡੀਆ ਤੋਂ ਇੱਥੇ ਕਦੋਂ ਆਏ ਸੀਗੇ ਤੇ ਇੰਡੀਆ ਤੋਂ ਹੈ ਕਿੱਥੋਂ ਪੰਜਾਬ ਤੋਂ ਬਈ ਮੈਂ ਇੰਡੀਆ ਤੋਂ ਵੈਸੇ ਬਠਿੰਡੇ ਤੋਂ ਆਈ ਮੇਰਾ ਜਿਹੜਾ ਬੈਕਗ੍ਰਾਉਂਡ ਹੈ ਪਿੰਡ ਹਿੰਮਤਪੁਰਾ ਜੀ ਹਰਿਆਣੇ ਦੇ ਪਿੰਡ ਓਕੇ ਓਕੇ ਤੇ ਇੱਧਰ ਕਦੋਂ ਆਏ ਤੇ ਇੱਧਰ ਆਉਣ ਦੀ ਗੱਲ ਕਰੀ ਮੈਂ ਕੈਨੇਡਾ 2022 ਚ ਆਇਆ ਸੀ ਮੈਂ ਇੰਟੈਕ ਸਟੂਡੈਂਟ ਆਈ ਮੈਂ 2022 ਚ 22 ਚ ਪਲੱਸ ਤਾਜ਼ਾ ਹੀ ਆਇਆ ਹਾਂ ਦਮਹੀਂ ਹਾਂਜੀ ਹਾਂਜੀ ओके किंगस्टन कॉलेज वाला अपना बेलबेलिस कॉलेज नहीं किंगस्टन च मेरा कॉलेज सेंट लॉरेंस ही ओके किंगस्टन ਤੋਂ ਮੁੰਡਾ ਸੈਂਟ ਲੌਰੈਂਸ ਤੇ ਜੇ ਆਪਾਂ ਗੱਲ ਕਰੀਏ ਸਟੂਡੈਂਟ ਲਾਈਫ ਦੀ ਤੁਸੀਂ ਸਟੂਡੈਂਟ ਪੜ੍ਹਾਈ ਵੀ ਕਰਦੇ ਹੋ ਹਾਂਜੀ ਕਿਤਾਬ ਲਿਖਣ ਦਾ ਮਨ ਕਦੋਂ ਕਦੋਂਕਦਾ ਸੀ ਵੀ ਕਿਤਾਬ ਲਿਖਾਂ ਕੋਈ ਹਾਂਜੀ ਐਕਚੁਅਲੀ ਮੈਂ ਵੀਰੇ ਗਾਣੇ ਲਿਖਣੀ ਸ਼ੁਰੂ ਕੀਤੀ ਸੀ 9th ਕਲਾਸ ਚ ਅੱਛਾ ਗਾਣੇ ਲਿਖਣੀ ਸਟਾਰਟ ਕੀਤੀ ਹੈ ਨਾ ਕੁਦਰ ਹੋਰ ਹੈਗਾ ਡੈਡੀ ਜਾਂ ਹੋਰ ਕੋਈ ਲਿਖਦਾ ਨਹੀਂ ਸਾਡੇ ਘਰ ਚ ਮਤਲਬ ਪੂਰੇ ਐਨ ਲਾਲੂ ਵੀ ਪੂਰੇ ਫੈਮਲੀ ਚ ਹੈ ਨਹੀਂ ਕੋਈ ਵੀ ਨਹੀਂ ਗਾਣੇ ਸਾਈਡ ਨਹੀਂ ਗਾਣੇ ਲਿਖਦਾ ਕੋਈ ਗਾਣੇ ਗਾਉਂਦਾ ਨਹੀਂ ਹਨਾ ਨਾ ਕਿਤਾਬਾਂ ਦਾ ਦੂਰ ਦੀ ਗੱਲ ਹੈ ਤੇ ਮੈਂ ਹੀ ਪਹਿਲਾਂ ਹੀ ਠੀਕ ਹੈ ਫੈਮਲੀ ਚ ਇਹ ਉਹਦੇ ਬਾਅਦ ਨੌਵੀਂ ਵਿੱਚ ਮੈਂ ਗਾਣੇ ਲਿਖਣ ਸਟਾਰਟ ਕੀਤੇ ਕਲਸ ਮੇਰਾ ਪਹਿਲਾ ਗਾਣਾ ਹੈ ਯਾਰੀਆਂ ਇਹ ਦੀਪ ਸਿੱਧੂ ਨੇ ਕੀਤਾ ਸੀ ਬਾਈ ਓਕੇ ਉਸ ਤੋਂ ਬਾਅਦ ਮੈਂ ਮਤਲਬ ਕਾਲਜ ਗਿਆ ਕਾਲਜ ਮੈਂ ਆਰਟੀਕਲਸ ਲਿਖਨੇ ਸ਼ੁਰੂ ਕੀਤੇ ਸੀ ਓਕੇ ਮਤਲਬ ਲਿਖਣ ਦਾ ਸ਼ੌਂਕ ਹੈਗਾ ਹਾਂਜੀ ਕਾਫੀ ਆਰਟੀਕਲ ਆਰਟੀਕਲ ਕਿਦਾਂ ਦੇ ਰਾਜਨੀਤੀ ਨੂੰ ਜਾਂ ਧਾਰਮਿਕ ਜਾਂ ਲਵ ਜਾਂ ਸਾਈਡ ਕੀ ਲਿਖਦਾ ਸੀਗਾ ਮੈਂ ਮੋਸਟਲੀ ਮੇਰੇ ਜਿਹੜੇ ਵਿਊ ਸੀ ਆਰਟੀਕਲਸ ਨੂੰ ਲੈ ਕੇ ਪੋਲੀਟੀਕਲ ਸੀ ਮੈਂ ਮਤਲਬ ਇੱਕ ਆਰਟੀਕਲ ਲਿਖਿਆ ਸੀ ਡੈਮੋਕ੍ਰੇਸੀ ਔਰ ਡਰਾਮਾਕ੍ਰੇਸੀ ਓਕੇ ਇੱਕ ਮੈਕਸੀਕੋ ਦੀ ਵੈਬਸਾਈਟ ਹੈ ਸਿੱਖ ਨੈਟ ਉਹਨਾਂ ਨੇ ਪਬਲਿਸ਼ ਕੀਤਾ ਜੀ ਦੈਨ ਮੇਰੇ ਇੱਕ ਆਰਟੀਕਲ ਪਬਲਿਸ਼ ਹੋਇਆ ਸੀ ਵਾਈ ਇੰਡੀਅਨ ਪੁਲਿਸ ਇਸ ਅਨੇਬਲ ਟੂ ਕੈਚ ਮੋਸਟ ਵਾਂਟਡ ਓਕੇ ਠੀਕ ਆ ਮੈਂ ਦੈਨ ਬਰੋ ਮੈਨੂੰ ਲੱਗਿਆ ਕਿ ਮੈਨੂੰ ਆਪਣਾ ਮਤਲਬ ਦਾਇਰਾ ਦਾ ਰਵਦਾ ਰਵਦਾ ਮੈਂ ਤਾਂ ਇਹ ਲਿਖਣਾ ਨਾ ਤੇ ਉਸ ਤੋਂ ਬਾਅਦ ਫਿਰ ਬਈ ਮੈਂ ਆਪਣੀ ਬੁੱਕ ਲਿਖਣੀ ਸਟਾਰਟ ਕੀਤੀ ਨਾ ਓਕੇ ਤੇ ਬੁੱਕ ਲਿਖਦੇ 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 ਮੈਨੂੰ ਲੱਗਿਆ ਹਾਂ ਕਿ ਇਹ ਚੀਜ਼ ਦੀ ਮਤਲਬ ਘਾਟ ਹੈ ਇਹ ਚੀਜ਼ ਤੋਂ ਲੋਕ ਵਾਂਝੇ ਆਣੇ ਇਹ ਚੀਜ਼ ਤੋਂ ਇਹ ਲੋਕ ਤਾਂ ਹਜੇ ਇੰਡੀਆ ਸੀ ਤੂੰ ਉਦੋਂ ਨਾ ਇੰਡੀਆ ਸਟਾਰਟ ਕੀਤੀ ਸੀ ਹਾਂਜੀ ਓਕੇ ਕਿਤਾਬ ਲਿਖਣ ਤੇ ਕਿੰਨਾ ਟਾਈਮ ਲੱਗ ਗਿਆ ਤੇ ਕਿਤਾਬ ਬਈ ਤੇ 1.5-2 ਸਾਲ ਲੱਗ ਗਿਆ ਜੀ 1.5-2 ਸਾਲ ਹਾਂਜੀ ਵਿੱਚ ਰਜੀਵੇਂ ਵੀ ਚੱਲੇ ਜੇ ਮੈਂ ਗੱਲ ਕਰਾਂ ਹੁਣ ਤੁਹਾਡੀ ਵੀ ਤੁਸੀਂ ਨਾਵਲ ਕਿਉਂ ਨਹੀਂ ਲਿਖਿਆ ਕਹਾਣੀ ਕਿਉਂ ਨਹੀਂ ਲਿਖੀ ਜਾਂ ਕਵਿਤਾ ਕਿਉਂ ਨਹੀਂ ਲਿਖੀ ਇਹ ਵਨ ਲਾਈਨਸ ਜੇ ਆਪਾਂ ਕਹਿ ਦਈਏ ਵੀ ਨੂੰ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ ਪੰਜਾਬੀ ਚ ਕੋਰਸ ਕਹਿ ਸਕਦੇ ਕੋਰਸ ਹਾਂ ਕੋਰਸ ਜਹਾਂ ਵੀ ਇਹੀ ਹੀ ਕਿਉਂ ਲਿਖਿਆ ਗਿਆ ਹਾਂਜੀ ਇਹ ਬਾਈ ਐਕਚੁਅਲੀ ਇਹ ਚੀਜ਼ ਤੋਂ ਪਹਿਲਾਂ ਜਿਸ ਤਰ੍ਹਾਂ ਜਿਵੇਂ ਵਾਂਝੀ ਇਹ ਚੀਜ਼ ਤੋਂ ਲੋਕ ਅੱਜ ਕੱਲ੍ਹ ਲੋਕ ਕਵਿਤਾਵਾਂ ਮੇ ਪੜ ਚੁੱਕੇ ਆ ਠੀਕ ਹੈ ਤਾਂ ਵੱਡੇ ਵੱਡੇ ਮਤਲਬ ਲੋਕ ਸੈਂਟੈਂਸ ਪੈਰਾਗ੍ਰਾਫ ਪੜ ਲੈਂਦੇ ਨੇ ਪਰ ਥੱਲੇ ਲਿਖਿਆ ਹੁੰਦਾ ਲਾਲਚ ਬੁਰੀ ਬਲਾ ਹੈ ਮੈਂ ਚਾਹੁੰਦਾ ਸੀ ਲੈਸ ਲਿਖਣਾ ਤੇ ਮੈਂ ਲਿਖਣਾ ਸਟਾਰਟ ਕੀਤਾ ਮੇਰਾ ਮਤਲਬ ਇਹ ਹੀ ਉਦੇਸ਼ ਸੀ ਕਿਤਾਬ ਲਿਖਣ ਦਾ ਕਿ ਘੱਟ ਸ਼ਬਦਾਂ ਵਿੱਚ ਤੁਸੀਂ ਵੱਡੇ ਮਤਲਬ ਸਮਝਾਉਣ ਜਾਂਦੇ ਹੋ ਤੁਸੀਂ ਚੰਗੇ ਬਹੁਤੇ ਦੀ ਸ਼ਬਦਾਂ ਨਹੀਂ ਸਾਂ ਇੱਕ ਸ਼ਬਦ ਹਾਂਜੀ ਮਤਲਬ ਇਹ ਹੈ ਕਿ ਤੁਸੀਂ ਵੱਡੇ سارے ਪੈਰਾਗ੍ਰਾਫ ਪੜ ਕੇ ਥੱਲੇ ਤੁਹਾਨੂੰ ਇਹੀ ਗੱਲ ਆਉੜ ਰਹੀ ਕਿ ਲਾਲਚ ਬੁਰੀ ਬਲਾ ਹੈ ਤਾਂ ਆਈ ਥਿੰਕ ਇਹ ਥੋੜਾ ਟਾਈਮ ਵੇਸਟ ਲੱਗਦਾ ਮੈਨੂੰ ਲੱਗਦਾ ਨਾ ਇਹ ਅੱਜ ਕੱਲ ਲੋਕਾਂ ਦਾ ਬਹਾਨਾ ਵੀ ਹੁੰਦਾ ਨਾ ਯਾਰ ਸਾਡੇ ਕੋਲ ਟ ਤੋ ਉਸ ਟਾਈਮ ਦੇ ਵਿੱਚ ਐਦਾਂ ਦੀ ਕਿਤਾਬ ਤੁਹਾਡੇ ਹੱਥ 'ਚ ਹੋਵੇ ਤਾਂ ਮੈਂ ਕਹਿੰਦਾ ਬਹੁਤ ਸੋਹਣੇ ਤੇ ਸੁਹਾਗੇ ਵਾਲੀ ਗੱਲ ਆ ਜੇ ਤੁਹਾਡੇ ਕੋਲੇ ਹੁਣ ਜੇ ਆਪਾਂ ਸਿੰਪਲ 2 4 ਲੈਣਾ ਹੁਣ ਜਿਵੇਂ ਇਹ ਇਹਨੂੰ ਇਹ ਖਾਸ ਗੱਲ ਪਤਾ ਕਿ ਨਵੀਂ ਪੀੜੀ ਦੀ ਹਾਂਜੀ ਇੱਕ ਤਾਂ 26 ਛੋਟਾ ਹਾਂਜੀ ਲੋਕ ਕਿਤਾਬ ਦੇ ਇੱਕ ਡਰ ਜਾਂਦੇ ਆ ਬੜੀ ਵੱਡੀ ਨਾ ਹੋਵੇ ਹਾਂਜੀ ਦੂਜੀ ਗੱਲ ਹੈਗੀ ਆ ਬਨ ਲਾਈਨ ਦੀ ਹਾਂਜੀ ਇਹ ਬਹੁਤ ਵਧੀਆ ਹਾਂਜੀ ਤੇ ਕਿਤਾਬ ਫਿਰ ਤੁਸੀਂ ਜਦੋਂ ਲਿਖਣੀ ਸਟਾਰਟ ਕੀਤੀ ਤੇ ਤੁਹਾਡੇ ਮਨ 'ਚ ਇਹ ਲੈਣਾ ਜਦੋਂ ਤੁਸੀਂ ਡਨ ਕੀਤੀ ਫਿਰ ਤੁਹਾਨੂੰ ਇਹ ਪਤਾ ਸੀਗਾ ਕਿ ਛਾਪਦੀ ਕਿਵੇਂ ਆ ਥੋੜਾ ਬੋਤ ਆਈਡੀ ਅਸੀਂ ਇੱਕ ਦੋ ਪਬਲਿਸ਼ਰਸ ਦੇ ਫੋਨ ਆਉਣੇ ਸ਼ੁਰੂ ਹੋਏ ਹਨ ਓਕੇ ਤੇ ਮਤਲਬ ਮੇਰੇ ਜਿਹੜੇ ਦੋਸਤ ਹਨਾ ਮੇਰੇ ਭਰਾ ਦੇ ਅਫਤਾਰਮਾਨ ਦੇ ਕਾਫੀ ਦੋਸਤ ਹਨਾ ਉਹਨਾਂ ਨੇ ਮਤਲਬ ਅੱਗੇ ਜੇ ਕਿ ਦੱਸਿਆ ਕਿ ਮੁੰਡਾ ਕਿਤਾਬ ਲਿਖ ਰਿਹਾ ਜਦੋਂ ਕਿਉਂਕਿ ਇਹ ਪਹਿਲਾਂ ਤਾਂ ਮੈਨੂੰ ਐ ਸੀ ਹਨਾ ਵੀ ਮੈਨੂੰ ਪੂਰੀ ਕਰੀਏ ਜਦੋਂ ਇਹ ਅੱਧੀ ਕੰਪਲੀਟ ਹੋਈ ਮੀਡੀਆ ਚ ਸੀ ਉਦੋਂ ਬਾਈ ਉਦੋਂ ਮੇਰੇ ਕੋਲੇ ਮਤਲਬ ਫੋਨ ਆਉਣੇ ਸ਼ੁਰੂ ਹੋ ਗਏ ਕਿ ਆਹ ਨੂੰ ਅਸੀਂ ਪਬਲਿਸ਼ ਕਰਾਂਗੇ ਇਦਾਂ ਦਾ ਕੰਟੈਂਟ ਆਹ ਤੋੜ ਹੁਣ ਜਿਵੇਂ ਪਹਿਲੀ ਮੇਰੀ ਕਿਤਾਬ ਲਿਖੀ ਸੀ ਮੈਂ ਤੁਹਾਨੂੰ ਟੋਕਦਾ ਮੈਂ ਤਾਂ ਮੈਨੂੰ ਤਾਂ ਸਿੰਪਲ ਵੀ ਕਾ ਆਪਦੀ ਜਰਨੀ ਹੈ ਇੱਕ ਸਟੂਡੈਂਟ ਲਾਈਫ ਲਈ ਸੋ ਮੇਨ ਮੈਂ ਜਿਹੜਾ ਕਿਤਾਬ ਤਾਂ ਲਿਖਤੀ ਉਦੋਂ ਮੈਨੂੰ ਕੋਈ ਪੁੱਛਦਾ ਹੀ ਨਹੀਂ ਸੀ ਕੋਈ ਹੁਣ ਮੈਂ ਕਿਤਾਬ ਹਜੇ ਦੂਜੀ ਲਿਖੀ ਜਾਣਾ ਉਹਦੇ ਲਈ ਮੈਨੂੰ ਲੱਗਾ ਮੈਂ ਲਾ 10 ਤੋਂ ਵੱਧ ਪਬਲਿਸ਼ਰ ਨੂੰ ਸਾਨੂੰ ਕੋਈ ਦੋ ਸਾਨੂੰ ਦੇ ਦੋ ਸੋ ਆ ਚੱਕਰ ਆ ਦਰਬਾਰ ਨਾਮ ਹੀ ਕਿਉਂ ਰੱਖਿਆ ਗਿਆ ਦਰਬਾਰ ਭਾਈ ਮਤਲਬ ਪਹਿਲਾਂ ਨਾ ਜਦੋਂ ਆਪਾਂ ਦੇਖਦੇ ਆਂਸ਼ੀਅਨ ਟਾਈਮਸ ਦੇ ਵਿੱਚ ਨਾ ਦਰਬਾਰ ਲੱਗਦੇ ਸੀ ਉਹ ਦਰਬਾਰ ਦੇ ਵਿੱਚ ਮਤਲਬ ਅੱਡਡ ਪ੍ਰੋਵਿੰਸ ਦੇ ਰਾਜੇ ਮਹਾਰਾਜੇ ਆਉਂਦੇ ਹੁੰਦੇ ਸੀ ਠੀਕ ਹੈ ਜਿਹੜੀ ਸਭਾ ਸੀ ਉੱਥੇ ਆ ਕੇ ਬੈਠਦੇ ਨੇ ਸਭਾ ਲੱਗਦੀ ਹੁੰਦੀ ਸੀ ਠੀਕ ਹੈ ਦਰਬਾਰ ਲੱਗਦੇ ਹੁੰਦੇ ਸੀ ਉੱਥੇ ਲੋਕਾਂ ਦੇ ਪ੍ਰੋਬਲਮ ਸੁਣੇ ਜਾਂਦੇ ਸੀ ਠੀਕ ਹੈ ਤੇ ਪ੍ਰੋਬਲਮ ਸੁਣਨ ਤੋਂ ਬਾਅਦ ਉਹਨਾਂ ਦੇ ਸੋਲੂਸ਼ਨ ਦਿੱਤੇ ਜਾਂਦੇ ਸੀ ਤਾਂ ਇਹ ਮੈਂ ਮੰਨਦਾ ਕਿ ਜ਼ਿੰਦਗੀ ਆਪਣਾ ਇੱਕ ਦਰਬਾਰ ਹੈ ਜਿਹਦੇ ਵਿੱਚ ਆਪਣੀਆਂ ਪ੍ਰੋਬਲਮਸ ਨੇ ਜਿਨ੍ਹਾਂ ਦੇ ਮਤਲਬ ਲੋਕ ਮਤਲਬ ਬਹੁਤ ਸਾਰੇ ਉਲਝੇ ਪਏ ਹਨਾ ਕਈ ਕਾਫੀ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਮਤਲਬ ਸੋਲੂਸ਼ਨਸ ਨਹੀਂ ਲੱਭਦੇ ਤਾਂ ਮੈਂ ਮੰਨਦਾ ਨਾ ਕਿ ਦਰਬਾਰ ਮਤਲਬ ਮਾਡਰਨ ਪ੍ਰ ओके सो वीर ਦੀ ਕਿਤਾਬ ਇਹ ਤੇ ਖਰੀਦਣੀ ਕਿੱਥੋਂ ਆ ਇਹ ਬਾਅਦ ਚ ਗੱਲ ਕਰਦੇ ਆ ਪਹਿਲਾਂ ਪੁੱਛੀਏ ਬਾਈ ਨੂੰ ਪੈਸੇ ਕਿੰਨੇ ਲੱਗੇ ਤੇ ਪੈਸੇ ਬਾਈ ਕਿਉਂਕਿ ਇੰਡੀਆ ਦੇ ਵਿੱਚ ਤਾਂ ਮੈਨੂੰ ਜੇ ਮੈਂ ਆਪਦੀ ਗੱਲ ਕਰਾਂ ਤਾਂ 5000 ਵੀ ਬਹੁਤ ਔਖਾ ਹੁੰਦਾ ਪ੍ਰੋਟੀਨ ਆ ਮੈਂ ਜਦੋਂ ਖਾਂਦਾ ਪ੍ਰੋਟੀਨ 5000 ਟੈਨਸ਼ਨ ਹੋ ਜਾਂਦੀ ਵੀ ਕਿੱਥੋਂ ਲੈਣਾ ਕਿਤਾਬ ਤੇ ਖਰਚਾ ਕਰਨਾ ਕਿੱਥੋਂ ਕਿੰਨਾ ਖਰਚਾ ਹੋ ਗਿਆ ਤੇ ਉਹ ਜ਼ਿਆਦਾ ਖਰਚਾ ਨਹੀਂ ਹੁੰਦਾ ਬਾਈ ਕਿਤਾਬ ਛਪਉਣ ਤੇ ਨਾ ਬਾਕੀ ਕਿਤਾਬ ਦੇ ਕੰਟੈਂਟ ਤੇ ਮੈਟਰ ਕਰਦਾ ਹੈ ਕਾਫੀ ਚੰਗੇ ਪਬਲਿਸ਼ਰ ਵੀ ਹੈਗੇ ਪੰਜਾਬ ਦੇ ਵਿੱਚ ਜਿਹੜੇ ਕੰਟੈਂਟ ਨੂੰ ਦੇਖ ਕੇ 25000 ਲੱਗ ਜਾਂਦਾ ਥੋੜਾ ਜਿਆ ਮਤਲਬ ਹਾਂ 25000 ਵੀ ਲੱਗਿਆ ਨਾ ਥੋੜਾ ਜਿਆ ਮਤਲਬ ਜੇ ਤੁਸੀਂ ਵਧਿਆ ਹੋ ਗਏ ਹਾਂ ਹਾਂ ਜਲਦ ਵਧਿਆ ਰੱਖੋਗੇ ਨਾ ਥੋੜਾ ਜਿਹਾ ਕੰਟੈਂਟ ਚਲੋ ਤਾਂ ਮੈਂ ਵੀਡੀਓ ਬਣਾ ਦਉ ਬਾਅਦ ਚ ਪਰ ਬਾਈ ਤੋਂ ਪੁੱਛਣਾ ਚਾਹੁੰਦਾ ਸੀ ਕਿ ਬਾਈ ਹੁਣ ਤੱਕ ਕਿਤਾਬਾਂ ਤੇਰੀਆਂ ਕਿੰਨੀਆਂ ਕਿ ਬਿਕ ਗਈਆਂ ਜੇ ਤੂੰ ਵੇਚਣ ਦੇ ਮਾਮਲੇ ਕਿੰਨੀਆਂ ਕਿ ਬਿਕ ਗਈਆਂ ਮੈਂ ਮਤਲਬ ਪਤਾ ਕੀਤਾ ਸੀ ਨਾ ਮਤਲਬ ਜ ਜਿਹੜੀ ਕੈਨੇਡਾ ਹੈ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕੈਨੇਡਾ ਦੇ ਵਿੱਚ ਕਿਤਾਬ ਬਹੁਤ ਤੇਜ਼ੀ ਨਾਲ ਵਿਕ ਰਹੀ ਹੈ ਇੰਡੀਆ ਦੇ ਮੁਕਾਬਲੇ ਬਹੁਤ ਬਹੁਤ ਹਾਂਜੀ ਕੈਨੇਡਾ ਮੇਰਾ ਉੱਥੇ ਮਤਲਬ ਪਤਾ ਕੀਤਾ ਸੀ ਮੈਂ ਇੱਕ ਡਿਸਟ੍ਰੀਬਿਊਟਰ ਤੋਂ ਤੇ ਉਹ ਕਹਿ ਰਹੇ ਨੇ ਕਿ ਮਤਲਬ ਇੱਥੇ ਬਹੁਤ ਜ਼ਿਆਦਾ ਦੀ ਮੰਗ ਹੈ ਇਹ ਗੱਲ ਤੇਰੀ ਸਹੀ ਆ ਹੁਣ ਮੈਂ ਆਪਣੀ ਕਿਤਾਬ ਦੀ ਹਜ਼ਾਰ ਕਾਪੀ ਛਪਵਾਈ ਸੀ ਠੀਕ ਹੈ ਜੀ ਉਹ ਸੋਲਡ ਆਊਟ ਹੋ ਗਈ ਸੀ ਆਨਲਾਈਨ ਪ੍ਰੀ ਬੁਕਿੰਗ ਠੀਕ ਹੈ ਜੀ ਫਿਰ ਉਹ ਤਾਂ ਬਾਅਦ ਦੂਜੀਆਂ ਦੁਆਰੇ ਛਪ ਕੇ ਆਈ ਹੈ ਜਿਹੜੀ ਮੈਂ ਹੁਣ ਮੰਗਾਈ ਆ 100 150 ਮੇਰੇ ਕੋਲ 10 ਕਤਾ ਪਈਆਂ ਨੇ 100 ਹ ਜੇ ਆਪਾਂ ਇਹ ਗੱਲ ਕਹਨੇ ਆਂ ਵੀ ਲੋਕ ਪੜਦੇ ਨਹੀਂ ਪੜਦੇ ਨਹੀਂ ਤੁਸੀਂ ਚੀਜ਼ ਵਧੀਆ ਪੇਸ਼ ਕਰੋ ਲੋਕ ਪੜਦੇ ਨੇ ਹਾਂਜੀ ਹਾਂ ਜੇ ਤੁਸੀਂ ਗੱਲ ਮੈਂ ਤਾਂ ਹੁਣ ਪੈਸੇ ਦੇ ਚਲੋ ਕੀ ਲੋੜ ਆ ਪਰ ਉਦਾਂ ਵੀ ਲੋਕਾਂ ਨੂੰ ਚੰਗਾ ਮੈਸੇਜ ਆਵੇ ਹਾਂਜੀ ਹੁਣ ਆਉਣ ਵਾਲੇ ਮਰਿੰਦਰ ਮਾਨ ਦੇ ਪ੍ਰੋਜੈਕਟ ਕੀ ਨੇ ਜੇ ਆ ਕਿਤਾਬ ਤੋਂ ਬਾਅਦ ਹੀ ਗੱਲ ਕਰੀ ਇਹ ਤਾਂ ਵੇਖ ਜੂ ਹਾਂਜੀ ਜਿਵੇਂ ਇਹਦਾ ਆਪਣੀ ਸਕਸੈਸਫੁਲ ਰਨਿੰਗ ਹੋਈ ਹੈ ਨਾ ਇਸ ਤੋਂ ਬਾਅਦ ਇਹਦਾ ਵੋਲਿਊਮ 2 ਮੇਬੀ ਕਰ ਸਕਦੇ ਆ ਆਪਾਂ ਕਿਉਂਕਿ ਕਾਫੀ ਕੰਪਨੀਆਂ ਸੇ ਫੋਨ ਆ ਰਹੇ ਮੈਨੂੰ ਕਿ ਅਸੀਂ ਦਾ ਮਤਲਬ ਜੇ ਤੁਸੀਂ ਵੋਲਿਊਮ 2 ਜਾਂ ਦਾ ਸੈਕੰਡ ਐਡੀਸ਼ਨ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਅਸੀਂ ਪਬਲਿਸ਼ ਕਰਾਂਗੇ ਓਕੇ ਇਹ ਆਪਦੇ ਨੇ ਕਾਫੀ ਤੇ ਇਥੇ ਕੋਈ ਨਾਵਲ ਲਿਖਣ ਦੀ ਕੋਈ ਹੋਵੇ ਨੌਵਲ ਬਰੋ ਮੇਰੇ ਕੋਲੇ ਲਿਖੇ ਪਏ ਹਨ ਕਾਫੀ ਬਟ ਮੈਂ ਸੋਚਿਆ ਨਾ ਕਿ ਮੈਨੂੰ ਵੀ ਇਹ ਚੀਜ਼ ਜਿਆਦਾ ਬੈਟਰ ਹੈ ਕਿਉਂਕਿ ਮੈਂ ਚਾਹੁੰਨਾ ਕਿ ਘੱਟ ਸ਼ਬਦਾਂ ਦੇ ਵੱਡੇ ਮਤਲਬ ਸਮਝਾਉਣਾ ਇਜ਼ ਅ ਗੁੱਡ ਥਿੰਗ ਨਹੀਂ ਪੈਰਲਲ ਦੋ ਚੀਜ਼ਾਂ ਜੇ ਜੇ ਹੁਣ ਆਪਾਂ ਇਹ ਚੀਜ਼ ਪਾਉਨੇ ਆ ਮੰਨ ਲਓ ਮੇਰਾ ਹੁਣ ਜਦੋਂ ਮੇਰੇ ਕੋਲ ਟਾਈਮ ਨਹੀਂ ਮੇਰਾ ਹੁੰਦਾ ਵੀ ਮੈਂ ਕਹਾਣੀਆਂ ਵੀ ਲਿਖਾਂ ਨੌਵਲ ਵੀ ਲਿਖਾਂ ਆ ਮੇਰੇ ਆਈਡੀਆ ਕਦੇ ਆਇਆ ਨਹੀਂ ਕਿਉਂਕਿ ਮੇਰੀ ਚ ਹੈ ਨਹੀਂ ਆਪਾਂ ਮੇਰਾ ਉਹ ਨਹੀਂ ਹੈ ਨਹੀਂ ਸੋਚੀ ਇਹਦੇ ਬਾਰੇ ਸੋ ਜੇ ਤੁਸੀਂ ਦੋਨੇ ਚੀਜ਼ਾਂ ਕਰ ਸਕਦੇ ਹੋ ਨਾਲ ਨਾਲ ਇਦਾਂ ਦੀ ਦਰਵਾਜ਼ਾ 20 ਲਿਖ ਸਕਦੇ ਹੋ ਤੇ ਨਾਲ ਨਾਲ ਹੋ ਸਕਦਾ ਹਾਂ ਜੀ ਨੋਵਲ ਆਪਨਾ ਮਤਲਬ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਮੈਂ ਆਪਾਂ ਕਹਿੰਦੇ ਬੜਾਈ ਵਾਲੀ ਗੱਲ ਨਹੀਂ ਕਰਦੇ ਆ ਪਰ ਰੱਬ ਤੋਂ ਡਰ ਕੇ ਕਹਿੰਦੇ ਆ ਹਾਂਜੀ ਕਵਿਤਾਵਾਂ ਲਿਖਣਾ ਨਾ ਤੇ ਆਪ ਨੋਵਲ ਲਿਖਣਾ ਨਾ ਕੋਈ ਵੱਡੀ ਗੱਲ ਨਹੀਂ ਆਈ ਥਿੰਕ ਦਿਸ ਟੇਕਸ ਸੋ ਮਚ ਟਾਈਮ ਇਹ ਤਾਂ ਹੁਣ ਆਬਵੀਅਸਲੀ ਹੈ ਕਿਉਂਕਿ ਤੁਸੀਂ ਇੱਕ ਲਾਈਨ ਉਹ ਬਹੁਤ ਵੱਡਾ ਨਿਚੋੜ ਹੁੰਦਾ ਜੇ ਹੁਣ ਆਪਾਂ ਚਲੋ ਸਾਰੇ ਗੱਲਾਂ ਆਪਣੀਆਂ ਹੋ ਗਈਆਂ ਆਪਾਂ ਫੜਾ ਮਾਰੀ ਚੱਲੇ ਕੁਛ ਮਾਰੀ ਚੱਲੇ ਸਟੂਡੈਂਟ ਟਾਈਮ ਦੇ ਵਿੱਚ ਪੜ੍ਹਾਈ ਦੇ ਨਾਲ ਕਿਤਾਬ ਨੂੰ ਉਹ ਕਿਵੇਂ ਕਿਵੇਂ ਕਰਦਾ ਸੀ ਮੈਨੇਜ ਹਾਂ ਜਿਉੱਖਾ ਹੁੰਦਾ ਹੈ ਨਾ ਬਟ ਮੈਂ ਸਾਰੀ ਜਿਹੜੀ ਆਪਣੀ ਬੁੱਕ ਲਿਖੀ ਹੈ ਮੈਂ ਮੈਂ ਕਨਟਕਨੋਲੋਜੀ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਮੈਂ ਫੋਨਸ ਦੇ ਵਿੱਚ ਆਪਣੀ ਮੈਕਬੁੱਕ ਦੇ ਵਿੱਚ ਨਾ ਮੇਰੇ ਕੋਲ ਹੀ ਹੁੰਦੀ ਸੀ ਨਾ ਮੈਂ ਆਪਾਂ ਜੋ ਵੀ ਜਿਹੜੀ ਲਾਈਨ ਡਿਮਾਇੰਡ ਚਾਹੀ ਜਾਂ ਨਾ ਆਪਾਂ ਲਿਖਤੀ ਇਕਤਾ ਵੱਧਿਤ ਵੱਦੀ ਮਤਲਬ ਇਥੇ ਕੈਨੇਡਾ ਪੂਰੀ ਹੋਈ ਹੈ ਬਾਕੀ ਅੱਧੀ ਸਾਰੀ ਇੰਡੀਆ ਪੂਰੀ ਕੀਤੀ ਹੈ ਜੀ ਓਕੇ ਸੁਖਬਾਈ ਇੰਡੀਆ ਤੋਂ ਹੀ ਆ ਸੁਖਬਾਈ ਇੰਡੀਆ ਤੋਂ ਜੀ ਇੱਥੇ ਵੀ ਸੀ ਡਿਸਟ੍ਰੀਬਿਊਟਰ ਇੱਕ ਹੂੰ ਕਹਿੰਦਾ ਮੈਂ ਪਬਲਿਸ਼ ਕਰੂੰਗਾ ਬਟ ਜਿਹੜੇ ਇੰਡੀਆ ਵਾਲੇ ਪਬਲਿਸ਼ਰ ਸੀ ਉਹ ਕਹਿੰਦੇ ਉਹਨਾਂ ਨੇ ਪਹਿਲਾਂ ਮੇਰੇ ਨਾਲ ਕੀਤਾ ਸੀ ਉਹਨਾਂ ਨੇ ਕਿਹਾ ਕਰਨੀ ਹੈ ਸੋ ਕਿਤਾਬ ਦੇ ਜੀ ਆਪਾਂ ਗੱਲ ਕਰੀਏ ਟੋਟਲ ਲਗਭਗ 150 ਜਾਂ 100 ਮੇਰੇ ਖਾਲਚ 22 ਬੰਨੇ ਹਨ ਰਾਈਟ ਹਾਂਜੀ 128 ਕੇ ਪੰਨਿਆਂ ਦੀ ਕਿਤਾਬ ਆ ਜੇ ਕਿਤਾਬ ਨੂੰ ਆਪਾਂ ਖੋਲਦਿਆਂ ਪਹਿਲਾਂ ਹੀ ਇਹਨਾਂ ਨੇ ਦੋ ਔਰਤਾਂ ਨੂੰ ਸਮਰਪਿਤ ਕੀਤੀ ਹੈ ਮੇਰੀ ਅ ਦੀ ਅਮੀ ਰਾਏ ਕਾrna ਨਾਨੀ ਜੀ ਮੇਰੇ ਖਿਆਲ ਚ ਨਾਨੀ ਨੂੰ ਹੀ ਸਮਰਪਤ ਆ ਹਾਂਜੀ ਹਾਂਜੀ ਸੋ ਸ਼ੁਕਰ ਗੁਜ਼ਾਰੀ ਕਿਉਂਕਿ ਮੈਂ ਖੁਦ ਕਿਤਾਬ ਹਜੇ ਪੜ੍ਹਨੀ ਆ ਤੇ ਇਸ ਦਾ ਰਿਵਿਊ ਮੈਂ ਪਾਉਣਾ ਸ਼ਾਰਟ ਦੇ ਵਿੱਚ ਪਾਉਂਗਾ ਤੇ ਬਾਕੀ ਰਹੀ ਗੱਲ ਸਿੰਪਲ ਸਟਾਰਟ ਇਦਾਂ ਹੀ ਹੁੰਦੀ ਆ ਜੇ ਆਪਾਂ ਪਹਿਲੇ ਤੋਂ ਗੱਲ ਕਰੀਏ ਕੋਈ ਐਸੇ ਨਹੀਂ ਲਿਖਿਆ ਕੋਈ ਕਹਾਣੀ ਨਹੀਂ ਸਿੰਪਲ ਟੁੱਟਣ ਤੋਂ ਪਹਿਲਾਂ ਜੁੜਨਾ ਸਿੱਖੋ ਪਹਿਲਾਂ ਰੁੜਨਾ ਸਿੱਖੋ ਫਿਰ ਤੁਰਨਾ ਸਿੱਖੋ ਇਦਾਂ ਦੀ ਇੱਕ ਲਾਈਨ ਹੋ ਗਈ ਖਤਮ ਤੁਸੀਂ ਇੱਥੇ ਜੇ ਤੁਸੀਂ ਝੱਕ ਕੇ ਤੁਸੀਂ ਇੱਥੇ ਵੀ ਰੱਖ ਸਕਦੇ ਹੋ ਤੁਸੀਂ ਕਿਤੋਂ ਵੀ ਸਟਾਰਟ ਕਰ ਸਕਦੇ ਹੋ ਇਓਦਾਂ ਦੀ ਆ ਇੱਥੋਂ ਸਟਾਰਟ ਕਰ ਲਓ ਇੱਥੋਂ ਵੀ ਸਟਾਰਟ ਹੋ ਜੂ। ਜੇ ਇੱਥੋਂ ਸਟਾਰਟ ਕਰਨੀ ਹੈ ਇਹ ਇਸ ਕਿਤਾਬ ਦੀ ਸਭ ਤੋਂ ਜਿਹੜੀ ਮੇਨ ਗੱਲ ਮੈਨੂੰ ਵਧੀਆ ਲੱਗਦੀ ਹੈ ਇਦਾਂ ਦੀ ਚੀਜ਼ਾਂ ਜਿਵੇਂ ਹੁਣ ਆਪਾਂ ਮਾਲਾ ਬਣ ਕੇ ਦੀ ਗੱਲ ਕਰੀਏ ਕੁੰਜੀਆਂ ਦੀ ਗੱਲ ਕਰੀਏ ਖਿੜਕੀਆਂ ਜਿਹੜੀਆਂ ਉਹ ਮਤਲਬ ਕਿ ਮੇਰੇ ਕੋ ਪਈਆਂ ਨੇ ਉਹ ਇਦਾਂ ਦੀ ਕਿਤਾਬਾਂ ਹੁੰਦੀਆਂ ਨੇ ਪਰ ਸਾਨੂੰ ਚਾਹੀਦਾ ਕਿ ਅਸੀਂ ਖੁਦ ਨੌਜਵਾਨ ਜਿਹੜੇ ਇਸ ਪਾਸੇ ਜਾਈਏ ਕਿਤਾਬਾਂ ਨਾਲ ਜੁੜੀਏ ਤੇ ਬਾਕੀ ਹੁਣ ਆਪਾਂ ਗੱਲ ਕਰ ਲਈਏ ਜੇ ਕਿਤਾਬ ਕਿਸ ਨੇ ਲੈਣੀ ਹੈ ਖਰੀਦਣੀ ਹੈ ਕਿੱਥੋਂ ਖਰੀਦ ਸਕਦਾ ਇੰਡੀਆ ਚ ਹਾਂਜੀ ਇੰਡੀਆ ਮੇਰਾ ਮਤਲਬ ਇਨਸਟਾਗ੍ਰam ਹੈ ਆਈ ਅਮਰਿੰਦਰ ਮਾਨ ਉਹ ਮੈਂ ਪਾ ਦੂੰਗਾ ਕੋਈ ਗੱਲ ਨਹੀਂ ਤੇ ਉੱਥੇ ਬਾਇ ਨਾਉ ਲਿੰਕ ਤੇ ਕਲਿੱਕ ਕਰਨਾ ਹੈ ਜੀ ਤੇ ਉੱਥੋਂ ਤੁਸੀਂ ਕਿਤਾਬ ਖਰੀਦ ਸਕਦੇ ਹੋ ਤੇ ਬਾਕੀ ਇੱਥੇ ਕੈਨੇਡਾ ਦੇ ਵਿੱਚ ਹਾਂਜੀ ਉਹਦਾ ਲਿੰਕ ਵੀ ਉੱਥੇ ਹੀ ਪਿਆ ਓਕੇ ਕੈਨੇਡਾ ਤੋਂ ਵੀ ਖਰੀਦ ਸਕਦੇ ਹੋ ਬਾਕੀ ਜੇ ਕੋਈ ਬ੍ਰੈਮਟਨ ਆ ਬ੍ਰੈਮਟਨ ਮੇਰੇ ਕੋਲੇ ਬਾਈ ਅੱਜ ਲੈ ਕੇ ਗਿਆ ਮੇਰੇ ਖਾਲਸਾ ਕਿੰਨੇ ਕਿਤਾਬਾਂ ਲੈ ਕੇ ਆਏ ਤੁਸੀਂ 50 ਲੈ ਕੇ ਆਏ ਹਾਂਜੀ 50 ਕਿਤਾਬਾਂ ਲੈ ਕੇ ਆਏ ਹਾਂ ਜੇ ਤਾਂ ਇਹ ਮੇਲੇ ਚ ਚਲੀਆਂ ਗਈਆਂ ਸਾਰੀਆਂ ਫੇਰ ਤਾਂ ਨਹੀਂ ਕੁਝ ਕਹਿ ਸਕਦੇ ਪਰ ਫੇਰ ਮੈਂ ਮਰੀ ਜਦੋਂ ਮੇਰੇ ਜਿੱਥੇ ਘਾਰਾ ਬ੍ਰੈਮਟਨ ਚ ਤੁਸੀਂ ਇੱਥੋਂ ਲਿਜਾ ਸਕਦੇ ਹੋ ਸੋ ਬਾਈ ਇਹਦਾ ਰੇਟ ਦੀ ਗੱਲ ਕਰੀਏ ਕਿੰਨਾ ਰੱਖਿਆ ਇੰਡੀਆ ਤੇ ਇੱਥੇ ਇੰਡੀਆ ਬਾਈ ਇਹਦਾ ਰੇਟ 300 ਰੱਖਿਆ ਕਿ 299 ਰੱਖਿਆ ਕਿ ਰੇਟ ਇਹਦਾ ਠੀਕ ਹੈ ਇੱਥੇ ਇੱਥੇ ਰੱਖਿਆ 18 ਕ ਡਾਲਰ ਰੱਖਿਆ ਬਾਈ ਨੇ 18 ਡਾਲਰ ਰੀਟ ਹੈ ਬਾਈ ਇੱਥੇ ਚਲੋ 18 ਡਾਲਰ ਦਾ ਕੀ ਨੇ ਪੀਜ਼ਾ ਵੀ ਮੇਰੇ ਖਿਆਲ ਚ ਉਹ ਤੋਂ ਪੀਜ਼ਾ ਨਾਲੋਂ ਵੀ ਸਸਤੀ ਆ ਹੁਣ ਤੁਸੀਂ ਪੀਜ਼ਾ ਖਾਣੇ ਹੀ ਊ ਵੀਕਐਂਡ ਤੇ ਪਰ ਗੱਲ ਇਹ ਆ ਹੁਣ ਜੇ ਆਪਾਂ ਇੱਕ ਲਾਸਟ ਗੱਲ ਪੁੱਛਣੀ ਚਾਹੁੰਦੇ ਆ ਵੀ ਕਈ ਹੁਣ ਵੀਰ ਇਹਨੂੰ ਐਜ਼ ਅਰਨਿੰਗ ਲੈ ਕੇ ਦੇਖੀਏ ਤਾਂ ਚੰਗੀ ਗੱਲ ਆ ਜੇ ਕਿਤਾਬਾਂ ਤੋਂ ਆਪਾਂ ਜੇ ਕਮਾਈ ਕਰਨ ਦੀ ਸੋਚੇ ਵੀ ਹੋ ਜਾਂਦੀ ਆ ਨਹੀਂ ਮੈਂ ਇਹਨੂੰ ਐਜ਼ ਅਰਨਿੰਗ ਨਹੀਂ ਨਹੀਂ ਤੁਹਾਡੇ ਪੁਆਇੰਟ ਆਫ 뷰 ਹੁਣ ਨਹੀਂ ਕਹਿੰਦਾ ਵੈਸੇ ਜਿਹੜਾ ਕੋਈ ਬੰਦਾ ਜੇ ਉਹਦਾ ਕੰਮ ਕਿਤਾਬਾਂ ਦੇ ਵਿੱਚ ਹੋਰਨਾ ਚਾਹੁੰਦਾ ਮਤਲਬ ਮੈਂ ਕਹਿਣਾ ਚਾਹ ਬਟ ਆਈ ਥਿੰਕ ਇਟਸ ਅ ਗੁੱਡ ਬਿਜ਼ਨਸ ਓਕੇ ਕਿਉਂਕਿ ਬ੍ਰੋ ਮਤਲਬ ਕਿਤਾਬਾਂ ਵਧੀਆ ਚੀਜ਼ ਹੈ ਨਾ ਤੁਸੀਂ ਵਪਾਰ ਵੀ ਕਰ ਰਹੇ ਹੋ ਆਪਾਂ ਕਹਿੰਦੇ ਪੁੰਨ ਦੇ ਨਾਲੇ ਫਲੀਆਂ ਓਕੇ ਵੀ ਨਾਲੇ ਤੁਸੀਂ ਲੋਕਾਂ ਨੂੰ ਗਿਆਨ ਵੰਡ ਰਹੇ ਹੋ ਠੀਕ ਹੈ ਨਾਲੇ ਤੁਸੀਂ ਅਰਨਿੰਗ ਕਰ ਰਹੇ ਹੋ ਆਈ ਥਿੰਕ ਇਟਸ ਅ ਗੁੱਡ ਥਿੰਗ ਠੀਕ ਹੈ ਜੀ ਚਲੋ ਜੀ ਸੋ ਅੱਜ ਦੀ ਵੀਡੀਓ ਸਾਡੀ ਅਮਰਿੰਦਰ ਬਾਈ ਨਾਲ ਸੀਗੀ ਜੇ ਤੁਸੀਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਕਿਤਾਬਾਂ 'ਚ ਤੁਸੀਂ ਜ਼ਰੂਰ ਮੈਂ ਕਹਿੰਨਾ ਤੁਸੀਂ ਕਿਤਾਬ ਲਿਖੋ ਆਪਦੀ ਇਹ ਨਾ ਸੋਚਿਆ ਕਰੋ ਵੀ ਯਾਰ ਕੋਈ ਹੱਸੂਗਾ ਕਿਤਾਬ ਤੁਹਾਡੇ ਮਨ ਦੇ ਬਲਬਲੇ ਤੁਸੀਂ ਲਿਖ ਦ ਬਾਕੀ ਲੋਕਾਂ ਦੇ ਆ ਹੁਣ ਮੇਰੀ ਕਿਤਾਬ ਦੀ ਗੱਲ ਕਰਾਂ ਜਮਾ ਸਿੱਧ ਪਧਰੀ ਆ ਪਰ ਉਹ ਲਿਖ ਲੋ ਹਜ਼ਾਰ ਤੋਂ ਵੱਧ ਲੋਕਾਂ ਨੇ ਖਰੀਦ ਲਈ ਪੜਨ ਵਾਲਿਆਂ ਨੂੰ ਸੌਖੀ ਚੀਜ਼ ਚੰਗੀ ਲੱਗੇ ਨਾ ਕਿ ਨਰੇਸ਼ਨ ਇੰਨਾ ਔਖਾ ਹੋਵੇ ਕਿ ਸਮਝ ਹੀ ਨਾ ਆਵੇ ਲੈਣ ਦੋ ਦੋ ਵਾਰੀ ਪੜ੍ਹਨੀ ਪਈਦਾ ਫਾਇਦਾ ਕੀ ਅੱਜ ਕੱਲ ਸੌਖੀ ਚੀਜ਼ ਦੀ ਸੋ ਕੋਈ ਲਾਸਟ ਗੱਲ ਕਹਿਣੀ ਚਾਹੁੰਦੇ ਹਾਂ ਮਨਿੰਦਰ ਵੀਰੇ ਆਪਦੇ ਵੱਲੋਂ ਬਾਈ ਬਸ ਇਹੀ ਕਹਿਣਾ ਚਾਹੁੰਨਾ ਕਿ ਇੱਕ ਦਾਅਵੇ ਵਿੱਚ ਲਾਈਨ ਵੀ ਹੈ ਆਪਣੀਆਂ ਹਰਕਤਾਂ ਸੁਧਾਰੋ ਵਰਕ ਤਾਂ ਆਪਣੇ ਸੁਧਰ ਜਾਣਗੀਆਂ ਠੀਕ ਹੈ ਜੀ ਕਿਤਾਬ ਚੰਗਾ ਪੜੋ ਠੀਕ ਹੈ ਚੰਗਾ ਲਿਖੋਗੇ ਚੰਗੇ ਖਿਆਲات ਰੱਖੋਗੇ ਠੀਕ ਹੈ ਬੱਸ ਇਹ ਨਹੀਂ ਕਹਿਣਾ ਚਾਹੇ ਕਿਤਾਬ ਨੂੰ ਪਿਆਰ ਦੋ ਦਰਬਾਰ ਹਾਂਜੀ ਸੋ ਇਹ ਕਿਤਾਬ ਆ ਜੀ ਤੇ ਜਰੂਰ ਜਿੰਨਾ ਵੀ ਰਣੇ ਖਰੀਦਣੀ ਹੋਵੇ ਬਾਈ ਨੇ ਮੈਂ ਡਿਸਕ੍ਰਿਪਸ਼ਨ ਚ ਬਾਈ ਦਾ ਸਾਰਾ ਮੀਡੀਆ ਜਿੰਨਾ ਵੀ ਬਾਈ ਦਾ ਹੈਗਾ ਮੈਂ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਕਿਤਾਬ ਖਰੀਦ ਸਕਦੇ ਹੋ ਤੇ ਧੰਨਵਾਦ ਤੁਸੀਂ ਵੀਡੀਓ ਦੇ ਤੱਕ ਦੇਖੀ ਸੋ ਜੇਕ ਤੁਸੀਂ ਪੁਸਤਕ ਪ੍ਰੇਮੀ ਹੋ ਜਰੂਰ ਇਹ ਕਿਤਾਬ ਲੈ ਕੇ ਪੜਿਓ ਤੇ ਮੁੰਡੇ ਨੂੰ ਹੌਸਲਾ ਫੁਜਾਈ ਕਰਿਓ ਕਿਉਂਕਿ ਬਾਈ ਦੀ 19 ਵੀ ਸਾਲੀ ਉਮਰ ਹੋਣੀ ਹੈ ਹੈਨਾ ਤੇ ਬਹੁਤ ਚੰਗੀ ਗੱਲ ਆ ਇਸ ਪਾਸੇ ਨੂੰ ਘਿਆਰ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਸੜਕਾਂ ਤੋਂ ਚੱਕ ਕੇ ਲਿਆਉਣੇ ਆ ਸੀ ਅੱਜ ਕੱਲ੍ਹ ਹੁਣ ਜਦੋਂ ਦਾ ਉਹ ਮੁੰਡੇ ਨੂੰ ਸੜਕ ਤੋਂ ਚੱਕ ਕੇ ਲੈਂਦਾ ਉਹ ਤੋਂ ਬਾਅਦ ਦਿਨ ਦੇ 15 ਫੋਨ ਆਹੀ ਆਉਂਦੇ ਕੋਈ ਇੱਥੇ ਬੈਠਾ ਕੋਈ ਇੱਥੇ ਬੈਠਾ ਕੋਈ ਇੱਥੇ ਬੈਠਾ ਸੇ ਜਿਆਦਾ ਉਹਨਾਂ ਨੂੰ ਜੇ ਟਾਈਮ ਨਾਲ ਕੋਈ ਹੱਲਾਸ਼ੇਰੀ ਮਿਲਦੀ ਸ਼ਾਇਦ ਉਹ ਇਧਰਲੇ ਪਾਸੇ ਜਾਂਦੇ ਨਾ ਸੋ ਧੰਨਵਾਦ ਜੀ ਵੀਡੀਓ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਸ਼ੁਕਰੀਆ